ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਫਰਵਾਲਾ ਬੱਸ ਸਟੈਂਡ ਤੇ ਹੋਏ ਇੱਕ ਸੜਕੀ ਹਾਦਸੇ ਦੌਰਾਨ ਆਟੋ ਵਿੱਚ ਸਵਾਰ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਆਟੋ ਜਿਸ ਵਿੱਚ ਕੁਝ ਸਵਾਰੀਆਂ ਸਨ ਜਦ ਫਰਵਾਲਾ ਬੱਸ ਸਟੈਂਡ ਤੇ ਇੱਕ ਫਾਸਟ ਫੂਡ ਦੀ ਦੁਕਾਨ ਤੇ ਰੁਕਿਆ ਤਾਂ ਨੂਰਮਹਿਲ ਵੱਲੋਂ ਆ ਰਹੇ ਇੱਕ ਟਰੱਕ ਨੇ ਖੜ੍ਹੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਮੌਕੇ ਆਟੋ ਚਾਲਕ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪਵਾਦੜਾ ਤੋਂ ਪਿੰਡ ਫਰਵਾਲਾ ਦਵਾਈ ਲੈਣ ਆਏ ਸਨ। ਜਦ ਉਹ ਦਵਾਈ ਲੈ ਕੇ ਘਰ ਵਾਪਸ ਜਾ ਰਹੇ ਸਨ ਤਾਂ ਉਹ ਫਰਵਾਲਾ ਦੇ ਬੱਸ ਸਟੈਂਡ ਤੇ ਰੁਕੇ। ਇਸੇ ਦੌਰਾਨ ਇੱਕ ਟਰੱਕ ਨੇ ਖੜ੍ਹੇ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਬੁਰੀ ਤਰ੍ਹਾਂ ਨਾਲ ਹਾਦਸਾ ਗ੍ਰਸਤ ਹੋ ਗਿਆ। ਜਦਕਿ ਅੱਡੇ ਵਿੱਚ ਸਥਿਤ ਇੱਕ ਦੁਕਾਨ ਦਾ ਵੀ ਕਾਫੀ ਨੁਕਸਾਨ ਹੋਇਆ। ਉਸਨੇ ਦੱਸਿਆ ਕਿ ਆਟੋ ਵਿੱਚ ਗੁਰਦੇਵ ਸਿੰਘ ਦੀ ਪਤਨੀ ਪ੍ਰਵੀਨ ਕੌਰ ਅਤੇ ਮਾਤਾ ਭਜਨ ਕੌਰ ਸਵਾਰ ਸਨ। ਮਾਤਾ ਭਜਨ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਉਸਦੀ ਪਤਨੀ ਵੀ ਜ਼ਖਮੀ ਹੋ ਗਈ ਅਤੇ ਉਹ ਖੁਦ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਖਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਬਿਲਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਮਾਤਾ ਭਜਨ ਕੌਰ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਉੱਧਰ ਮੌਕੇ 'ਤੇ ਪੁੱਜੇ ਥਾਣਾ ਬਿਲਗਾ ਦੇ ASI ਹਰਜਿੰਦਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਬਿਲਗਾ ਤੋਂ ਦਵਿੰਦਰ ਸਿੰਘ ਜੌਹਲ ਦੀ ਰਿਪੋਰਟ। ਖੜੀ ਆਟੋ 'ਚ ਗੱਡੀ ਟਰੱਕ ਲਿਆ ਕੇ ਮੁੰਡੇ ਨੂੰ ਮਾਰਿਆ, ਵਧੀਆ ਮੈਂ ਗੋਲੀਆਂ ਪਤਾ ਨਹੀਂ ਕੀ ਖਾਧਾ ਉਹਦਾ। ਮੇਰਾ ਪਿੰਡ ਉਹਦਾ ਹਰਦੋ ਸੰਘਾ ਰਹਿਣਾ, ਮੈਂ ਪਾਲਣੇ ਆ। ਕਿੰਨੇ ਜਣੇ ਬੱਚੀ? ਤਿੰਨ ਜਣੇ ਆ। ਦੂਜੇ ਤੇ ਜ਼ਿਆਦਾ ਸੱਟਾਂ ਲੱਗੀਆਂ? ਇੱਕ ਬੀਬੀ ਦਾ ਪਸਲੇ ਟੁੱਟ ਗਈਆਂ। ਉਹਦਾ ਕਿੰਨਾ ਬੀਬੀ ਦਾ ਕਸਰ ਟੁੱਟਿਆ? ਹਾਂਜੀ, ਮੈਂ ਡਾਕਟਰ ਕਸ਼ਮੀਲਾ, ਮੈਡੀਕਲ ਅਫਸਰ, PSC ਬਲਗਾ। ਅਤੇ ਅੱਜ ਸਵੇਰੇ ਕੋਈ 12:15 ਵਜੇ ਫਰਵਾਲਾ ਮੇਨ ਰੋਡ 'ਤੇ ਐਕਸੀਡੈਂਟ ਹੋਇਆ ਸੀਗਾ ਅਤੇ ਸਾਡੇ ਕੋਲ 3 ਪੇਸ਼ੈਂਟ, ਭਜਨ ਕੌਰ, ਵਾਈਫ ਆਫ ਨਛੱਤਰ ਸਿੰਘ ਏਜ ਅਬਾਊਟ 70 ਈਅਰ, ਪ੍ਰਵੀਨ ਕੌਰ ਵਾਈਫ ਆਫ ਗੁਰਦੇਵ ਸਿੰਘ ਉਮਰ 38 ਸਾਲ, ਗੁਰਦੇਵ ਸਿੰਘ ਸਨ ਆਫ ਸੁਰਜੀਤ ਸਿੰਘ ਉਮਰ 40 ਸਾਲ, ਤਿੰਨੋਂ ਜਣੇ ਸਾਡੇ ਕੋਲ ਹਸਪਤਾਲ ਦੇ ਵਿੱਚ ਮੈਡੀਕਲ ਏਡ ਵਾਸਤੇ ਆਏ ਸੀਗੇ। ਤਾਂ ਇਹਨਾਂ ਦੇ ਵਿੱਚੋਂ ਭਜਨ ਕੌਰ ਦੇ ਸੱਟਾਂ ਜ਼ਿਆਦਾ ਲੱਗਦੀਆਂ ਸੀਗੀਆਂ ਅਤੇ ਉਹਨਾਂ ਦਾ MLR ਕੱਟ ਕੇ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਅਤੇ ਉਸ ਦੇ ਨਾਲ ਹੀ ਜੋ ਪ੍ਰਵੀਨ ਕੌਰ ਸੀ ਉਹ ਕਹਿੰਦੇ ਵੀ ਅਸੀਂ ਕੇਵਲ ਇਲਾਜ ਕਰਾਉਣਾ, ਕੋਈ ਮੈਡੀਕਲ ਲੀਗਲ ਨਹੀਂ ਕਰਾਉਣਾ, ਪਰਚਾ ਨਹੀਂ ਕਰਾਉਣਾ। ਅਤੇ ਤਦ ਉਹਨਾਂ ਨੂੰ ਦਵਾਈ ਲੈ ਕੇ ਘਰ ਭੇਜ ਦਿੱਤਾ। ਗੁਰਦੇਵ ਸਿੰਘ ਦੇ ਕੁਛ ਇੱਕ ਸੱਟਾਂ ਲੱਗਦੀਆਂ ਸੀਗੀਆਂ, ਉਹਨਾਂ ਨੂੰ ਐਕਸਰੇ ਕਰਾਉਣ ਵਾਸਤੇ ਸਿਵਲ ਹਸਪਤਾਲ ਜਲੰਧਰ ਰੈਫਰ। ਅੱਜ ਐਕਸੀਡੈਂਟ ਸੰਬੰਧੀ ਤਲਾਹ ਪਿੰਡ 'ਤੇ ਮੌਕੇ 'ਤੇ ਪੁੱਜੇ ਹਾਂ। ਸਾਡਾ ਫਰਵਾਲਾ ਜਿਹੜਾ ਇੱਕ ਟਰੱਕ ਜਿਹੜਾ ਦੂਸਰਾ ਸਾਈਡ ਵੱਲੋਂ ਆ ਰਿਹਾ ਸੀ ਅਤੇ ਆਟੋ ਜੋ ਪਾਣੀ ਪੀਣ ਵਾਸਤੇ ਰੁਕੇ ਸੀ ਉਹਦੇ ਵਿੱਚ 3-4 ਸਵਾਰ ਸੀਗੇ, ਉਹਨਾਂ ਦੇ ਵਿੱਚ ਲਿਆ ਕੇ ਆਊਟਸਾਈਡ ਮਾਰਿਆ ਅਤੇ ਇੰਜਰਡ ਜਿਹੜੇ ਆ ਮੁੱਢਲੀ ਸਹਾਇਤਾ ਦੇ ਜਿਹੜੇ ਹੋਸਪਿਟਲ ਭੇਜੇ ਗਏ ਆ ਉਹਨਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਹੋਵੇ। ਟਰੱਕ ਵਾਲੇ ਨੇ ਕੋਈ ਨਸ਼ਾ ਕੀਤਾ ਜੀ? ਇਹਦੇ ਬਾਰੇ ਕੋਈ ਸਵਾਲ ਨਹੀਂ, ਮੈਡੀਕਲ ਕਰਾਉਣ ਤੋਂ ਬਾਅਦ ਪਤਾ ਲੱਗਾ ਨਸ਼ਾ ਕੀਤਾ ਜਾਂ ਨਹੀਂ ਕੀਤਾ। ਟਰੱਕ ਪਤਾ ਲੱਗਾ ਵੀ ਦੂਰ ਬੈਠਾ ਟਰੱਕ ਜਿਹੜਾ ਟਰੱਕ ਹੈ ਜੀ।